ਜਿਹੜਾ ਕੁਛ ਇਹ ਬੰਦੇ ਨੇ ਕੀਤਾ ਪਿੱਠ ਪਿੱਛੇ ਚੁਸਤ ਚਲਾਕੀਆਂ ਕਰਦਾ ਰਿਹਾ ਤੇ ਜਿਹੜੇ ਪੈਸੇ ਲੋਕਾਂ ਤੋਂ ਖਾਂਦਾ ਰਿਹਾ ਤੇ ਮੈਂ ਇਹਨੂੰ ਭਰਾ ਭਰਾ ਕਹਿੰਦਾ ਰਿਹਾ ਮੈਨੂੰ ਪਤਾ ਨਹੀਂ ਇਹ ਫਰੋੜੀ ਆ ਤੇ ਜਿੰਨੀਆਂ ਵੀ ਇਹ ਲਾਣਤਾਂ ਤੁਸੀਂ ਮੇਰਾ ਵੀਰ ਇਹਨੂੰ ਪਾਇਓ ਇੱਥੇ ਬੈਠਾ ਮੈਂ ਠੀਕ ਆ ਜੇ ਮੇਰੀ ਕੋਈ ਗਲਤੀ ਆ ਮੈਨੂੰ ਦੱਸੋ ਕੀ ਮਾਰਦੀ ਸਿਰ ਚ ਉਹ ਵੀ ਮਾਰਿਓ ਪਰ ਕਿਸੇ ਦਾ ਮੈਂ ਕੋਈ ਪੈਸਾ ਨਹੀਂ ਖਾਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਆ ਬੰਦਾ ਮੂੰਹ ਤੇ ਬੈਠਾ ਜਿਹਦੀ ਗਲਤੀ ਆ ਉਹ ਸ਼ਰਿਆਮ ਬੈਠਾ ਵਿੱਕੀ ਥੌਮਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰੀ ਜਿਸ ਦੇ ਵਿੱਚ ਸੁਖ ਰਤੀਏ ਤੇ ਕੀਰਤ ਤੋਂ ਮਾਫੀ ਮੰਗਵਾਈ ਹੈ ਕਿਉਂਕਿ ਬੀਤੇ ਦਿਨ ਹੀ ਇੱਕ ਕੀਰਤ ਦੀ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਬਾਰੇ ਬਹੁਤ ਗਲਤ ਬੋਲਦਾ ਪਿਆ ਸੀ ਮੈਂ ਉਹਨਾਂ ਦਾ ਇੱਕ ਸ਼ਹਿਰਾ ਪਾੜ ਦੂੰਗਾ ਜੇਕਰ ਉਹ ਮੁੰਬਈ ਆਉਂਦੇ ਨੇ ਸੋ ਜਿਸ ਤੋਂ ਬਾਅਦ ਹੁਣ ਵਿੱਕੀ ਥੌਮਸ ਨੇ ਇੱਕ ਮਾਫੀ ਦੀ ਵੀਡੀਓ ਅਪਲੋਡ ਕੀਤੀ ਹੈ ਨਾਲ ਦੀ ਨਾਲ ਉਸ ਦੇ ਵਿੱਚ ਸੁਖ ਰਤੀ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਹਦੇ ਵਿੱਚ ਸੁਖ ਰਤੀ ਨੇ ਕਿਹਾ ਕਿ ਕੀਰਤ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੋ ਇਸਨੇ ਕੁੜੀਆਂ ਨਾਲ ਜਾਂ ਮੁੰਡਿਆਂ ਨਾਲ ਫਰੌਡ ਕੀਤਾ ਹੈਗਾ ਉਹਨਾਂ ਤੋਂ ਪੈਸੇ ਖਾਧੇ ਨੇ ਉਸ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੋ ਗਾਲਾਂ ਕੱਢਣੀਆਂ ਨੇ ਲਾਣਤਾਂ ਪਾਉਣੀਆਂ ਨੇ ਉਹ ਕੀਰਤ ਨੂੰ ਕੱਢੋ ਇਹ ਗੱਲਾਂ ਨੇ ਜਿਹੜੀਆਂ ਕਿ ਕੀਰਤ ਦੇ ਸਾਹਮਣੇ ਬੈਠ ਕੇ ਸੁਖ ਰਤੀ ਨੇ ਕਹੀਆਂ ਨੇ ਤੇ ਬਾਕੀ ਲੋਕ ਕਮੈਂਟ ਬਾਕਸ ਦੇ ਵਿੱਚ ਸੁਖ ਰਤੀ ਨੂੰ ਇਹੀ ਕਹਿੰਦੇ ਪਏ ਨੇ ਕਿ ਤੂੰ ਕੀਰਤ ਦੇ ਪਿੱਛੇ ਲੱਗ ਕੇ ਲਾਈਵ ਆ ਕੇ ਗਾਲਾਂ ਕੱਢੀਆਂ ਸੀ ਤੇ ਹੁਣ ਤੇਰੀ ਵੀ ਬਦਨਾਮੀ ਉਨੀ ਹੀ ਹੁੰਦੀ ਪਈ ਆ ਗਈ ਆਪਣੀ ਰੈਪੂਟੇਸ਼ਨ ਵੀ ਡਾਊਨ ਕਰ ਲਈ ਆ ਕੀਰਤ ਦੇ ਪਿੱਛੇ ਲੱਗ ਕੇ ਤਕਰੀਬਨ 2 ਮਹੀਨੇ ਪਹਿਲਾਂ ਸੁਖ ਰਤੀ ਲਾਈਵ ਆ ਕੇ ਮਨਜੀਤ ਕੌਰ ਨੂੰ ਬਹੁਤ ਗਲਤ ਬੋਲਿਆ ਸੀਗਾ ਕਿ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਰੱਬ ਰਾਖਾ।